ना उस कोई सानू कोई पेड़ दिखे ना कुछ होर दिखे, मैनू तां आए लग्या जिवें टिब्बिया च आ गए हुन्ने असीं। हाँ मतलब बहुत हद तक जिन्हों कहा कि पैसा ला के उत्थे ग्रीनरी इवॉल्व की गई है गर्मियों वास्ते। ये कैलिफोर्निया ते पंजाब दोनों की जो बैकबोन हैगी वाटर सप्लाई आ। ओदे कोले टाइम सीगा, ओने गड्डी मोड़ ली बागां दे साइड ते भी चलो थोनू अपने फ्रेंड कोल लेके चलदा, ओदे बाग ने इत्थे भी उत्थे तुसीं आराम नाल बैठ के देखियो। एक प्लैंड वेकेशन नहीं सी कि तुसीं आ देखना आ देखना आ देखना ते दैट्स ऑल, नहीं ये जिथे जी करदा सी असीं गड्डी मोड़ लैंदे सी उधर नू, है ना। बाकी भी सैन फ्रांसिस्को दी ब्यूटी तां अनमैच्ड है। असीं तां कई कार्स देखियां कि कोई भी नहीं बिच बैठा, कल्ली हुई जा रही है। हाँ जी भाई, सत श्री अकाल मोहन जी, बड़े दिनों बाद अपनी हुण गलबात हो रही है। सत श्री अकाल जी, सत श्री असीं अकाल। घूमण फिरन घूमण फिरन च असीं बहुत बिजी सीगे भाई, साडा समर ऐतकी तां सुपर सुपर बिजी रहा है। जदों तों मम्मी इत्थे आए ने ते साडा तां दे प्रोग्राम ते प्रोग्राम बनी जांदा है। ते जिवें आपां पिछली पॉडकास्टां च भी दस्सिया सी असीं कि असीं चले हां इक हफ्ते वास्ते कैलीफोर्निया, है ना। USA दी साउथ वैसट साइड ते पैंदा है, इह प्रोविंस है, मतलब उत्थे दा स्टेट है कैलीफोर्निया। मौसम अपने वर्गा ही हुंदा, मतलब अपने वर्गा मतलब कि उत्थे पंजाब वर्गा ही थोड़ा बहुत उन्हां नाल मैच करदा है। पर असीं बहुत मज़े किते कैलीफोर्निया च, ते असीं अज अपना एक्सपीरियंस शेयर करन वाले हैं कैलीफोर्निया नूं लै के, भी असीं की दिमाग च सोचा होया सी ते रियलिटी की है उत्थे दी, ते असीं किवें उत्थे अपना टाइम यूटिलाइज किया ते की नवीं चीज़ां सीखियां असीं। ते शमदे जी, आपां पहलां तुहाडे तों स्टार्ट करदे हां फिर, कि आपां हजे परसों ही वापिस आए हां, ते मैनूं दसो कि किदां फील कर रहे हो तुसीं आके। मैनूं तां इस टाइम मैनूं उत्थे दा वैदर ज़्यादा वधिया लग रहा सी, इत्थे मतलब कि ठंड जी थोड़ी थोड़ी स्टार्ट हो गई, उत्थे तां हजे आपां नूं फुल फ्लैश्ड समर मिल रही सीगी, राइट। ते इत्थे आके आई डोंट नो, कैनेडा च आके मैनूं फ्लू जा थोड़ा स्टार्ट हो गया, या तां पोलन्स वगैरह बहुत ज़्यादा ने इस टाइम, ਜੀ ਉਹ ਪ੍ਰੋਬਲਮ ਹੋ ਗਈ। ਹੋਰ ਉੱਥੇ ਮੈਨੂੰ ਵਧੀਆ ਲੱਗਿਆ, ਵਧੀਆ ਸੀਗਾ, ਸਨਸ਼ਾਈਨ ਸੀ, ਵਧੀਆ ਸੀ, ਤੇ ਮਤਲਬ ਕਿ ਫਾਰਮਸ ਬਹੁਤ ਮੈਨੂੰ ਵਧੀਆ ਲੱਗੇ, ਬਹੁਤ ਫਾਰਮਸ ਸੀਗੇ ਲੋਕਾਂ ਨੇ, ਫਾਰਮਿੰਗ ਮਤਲਬ ਐਂ ਲੱਗ ਰਿਹਾ ਸੀਗਾ ਕਿ ਮੋਸਟਲੀ ਉੱਥੇ ਫਾਰਮਸ, ਆਪਾਂ ਪੇੜਾਂ ਮੋਸਟਲੀ ਆਪਾਂ ਪੇੜ ਦੇਖੇ ਉੱਥੇ, ਮਤਲਬ ਇਨ ਅ ਸੈਂਸ ਮੇਰੇ ਦਿਮਾਗ 'ਚ ਸੀਗਾ ਕਿ ਉੱਥੇ ਫਾਰਮਿੰਗ ਜਿਵੇਂ ਵੈਜੀਟੇਬਲਸ ਵਗੈਰਾ ਦੀ ਬਹੁਤ ਜ਼ਿਆਦਾ ਹੁੰਦੀ ਹੈ, ਜਦਕਿ ਐਕਚੁਅਲ ਫਾਰਮਿੰਗ ਉੱਥੇ ਟਰੀਜ਼ ਦੇ ਬੇਸਿਸ 'ਤੇ ਮੈਨੂੰ ਬਹੁਤ ਲੱਗੀ, ਜਿਵੇਂ ਕਿ ਉੱਥੇ ਆਪਣੇ ਸੀਗੇ ਦੇ ਬਦਾਮ ਦੇ ਪੇੜ ਬਹੁਤ ਸੀਗੇ, ਹੈ ਨਾ, ਫਿਰ ਅੰਗੂਰਾਂ ਦਾ ਝਾੜ ਸੀ ਉੱਥੇ, ਸੰਤਰੇ ਬਹੁਤ ਸੀਗੇ। ਇਹ ਤਿੰਨ ਚਾਰ ਚੀਜ਼ਾਂ ਆਪਾਂ ਇਸ ਮੌਸਮ 'ਚ ਦੇਖਿਆ, ਹੋ ਸਕਦਾ ਦੂਜੇ ਮੌਸਮ 'ਚ ਬਾਕੀ ਚੀਜ਼ਾਂ ਵੀ ਹੁੰਦੀਆਂ ਹੋਣ। ਅਤੇ ਮੈਨੂੰ ਤਾਂ ਨਾ ਜਾਂਦੇ ਸਾਰ ਹੀ ਪਹਿਲਾਂ 'ਚ ਮੇਰੇ ਦਿਮਾਗ 'ਚ ਸੀ ਕਿ ਕੈਲੀਫੋਰਨੀਆ ਬੜਾ ਹੀ ਗ੍ਰੀਨ ਸਟੇਟ ਹੈ ਨਾ, ਇਸ ਮੌਸਮ 'ਚ ਆ ਕੇ ਨਾ ਉਹਨਾਂ ਦੇ ਪਹਾੜ ਜਮਾਂ ਹੀ ਮੁੰਜਿਤ, ਜਿਵੇਂ ਆਪਾਂ ਫੂਸਾ ਨਹੀਂ ਹੁੰਦਾ, ਮਤਲਬ ਫੂਸ ਨਾ ਭਰ ਜਾਂਦੇ ਨੇ ਪੂਰਾ ਉੱਤੇ ਨਾ, ਉਹ ਬਰਾਊਨ ਹੋ ਜਾਂਦਾ, ਗੋਲਡਨ ਗੋਲਡਨ ਦਿਖਦਾ ਹੈ, ਗੋਲਡਨ ਸਟੇਟ। ਹਾਂ ਤਾਂ ਇੱਕ ਤਾਂ ਗੋਲਡਨ ਦਿਖਦਾ ਹੈ, ਤੇ ਦੂਸਰਾ ਪੇੜ ਨਹੀਂ ਹੈਗੇ ਯਾਰ ਉੱਥੇ ਪਹਾੜਾਂ ਤੇ, ਪਹਾੜਾਂ ਤੇ ਸਿਰਫ ਘਾਹ ਹੈ ਛੋਟਾ ਛੋਟਾ, ਹੈ ਨਾ, ਤੇ ਘਾਹ ਸਾਰਾ ਫੂਸ ਬਣ ਜਾਂਦਾ ਹੈ ਤੇ ਉਹ ਸਾਰਾ ਗੋਲਡਨ ਹੋ ਜਾਂਦਾ ਹੈ ਪਹਾੜ, ਤੇ ਨਾ ਉਹ 'ਚ ਕੋਈ ਸਾਨੂੰ ਕੋਈ ਪੇੜ ਦਿਖੇ ਨਾ ਕੁਛ ਹੋਰ ਦਿਖੇ, ਮੈਨੂੰ ਤਾਂ ਐਂ ਲੱਗਿਆ ਜਿਵੇਂ ਟਿੱਬਿਆਂ 'ਚ ਆ ਗਏ ਹੁੰਦੇ ਹਾਂ ਅਸੀਂ। ਹਾਂ ਇੱਕ ਵਾਰ ਜਾ ਕੇ ਮੈਨੂੰ ਲੱਗਿਆ ਕਿ ਇਹ ਕੈਲੀਫੋਰਨੀਆ ਹੀ ਹੈ ਇਹ, ਮਤਲਬ ਲੋਕ ਇੰਨੀ ਤਾਰੀਫ ਕਰਦੇ ਨੇ ਕੈਲੀਫੋਰਨੀਆ ਦੀ, ਇੰਨਾ ਇਹ ਸੁੱਕਾ ਜਾ ਕਿਉਂ ਹੈ, ਹੈ ਨਾ। ਅਤੇ ਫਿਰ ਅਸੀਂ ਜਦੋਂ ਐਕਸਪਲੋਰ ਕਰਨ ਲੱਗੇ ਅਗਲੇ ਦਿਨ ਤੋਂ, ਜਿੱਥੇ ਜਿੱਥੇ ਲੋਕ ਵਸੇ ਹੋਏ ਸੀਗੇ, ਮਤਲਬ ਜਿੱਥੇ ਜਿੱਥੇ ਪਾਣੀ ਦੇ ਰਹੇ ਸੀਗੇ ਲੋਕ ਆਸ ਪਾਸ, ਉੱਥੇ ਜਮ੍ਹਾਂ ਗ੍ਰੀਨ, ਪੂਰਾ ਗ੍ਰੀਨ ਉੱਥੇ, ਹੈ ਨਾ। ਤਾਂ ਫਿਰ ਪੈਚਿਸ ਦਿਖੇ ਸਾਨੂੰ ਕਿ ਉਹਨਾਂ ਨੇ, ਗਵਰਨਮੈਂਟ ਨੇ ਨਾ ਪਹਾੜਾਂ ਦੇ ਉੱਤੇ ਵੀ ਪੂਰਾ ਪਾਣੀ ਦੇਣ ਦੇ ਅਰੇਂਜਮੈਂਟਸ ਕਈ ਪਹਾੜਾਂ 'ਤੇ ਕੀਤੇ ਹੋਏ ਨੇ ਪੇੜ ਪੂੜ ਲਾ ਕੇ, ਹੈ ਨਾ। ਅਤੇ ਉਹਨਾਂ ਨੇ ਮਤਲਬ ਬਹੁਤ ਹੱਦ ਤੱਕ ਜਿਹਨੂੰ ਕਿਹਾ ਕਿ ਪੈਸਾ ਲਾ ਕੇ ਉੱਥੇ ਗ੍ਰੀਨਰੀ ਇਵੋਲਵ ਕੀਤੀ ਗਈ ਹੈ ਗਰਮੀਆਂ ਵਾਸਤੇ, ਕ੍ਰੀਏਟ ਕੀਤੀ ਹੋਈ ਹੈ ਗਰਮੀਆਂ ਵਾਸਤੇ, ਸਰਦੀਆਂ ਤਾਂ ਖੈਰ, ਜਾਂ ਉਹ ਕਹਿੰਦੇ ਨੇ ਕਿ ਉਹਨਾਂ ਦੀ ਬਾਰਿਸ਼ਾਂ ਅਕਤੂਬਰ ਔਨਵਰਡਸ ਹੁੰਦੀਆਂ ਨੇ, ਅਤੇ ਉਸ ਟਾਈਮ 'ਤੇ ਤਾਂ ਆਪਣੇ ਆਪ ਕਹਿੰਦੇ ਨੈਚੁਰਲੀ ਗ੍ਰੀਨ ਹੋ ਜਾਂਦਾ ਕਿਉਂਕਿ ਮੀਂਹ ਪੈਂਦੇ ਨੇ, ਹੈ ਨਾ, ਅਤੇ ਮੌਸਮ 'ਚ ਨਮੀ ਰਹਿੰਦੀ ਹੈ। ਪਰ ਇਸ ਟਾਈਮ 'ਤੇ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਹੀ ਯੈਲੋ ਕਲਰ ਦਾ, ਜਿਹਨੂੰ ਸਨਸ਼ਾਈਨ ਸਟੇਟ, ਉਹਨੂੰ ਤਾਂ ਹੀ ਉਹ ਕਹਿੰਦੇ ਨੇ ਕਿ ਸਨਸ਼ਾਈਨ ਸਟੇਟ, ਕਿਉਂਕਿ ਉਹ ਸਨ ਜਿਵੇਂ ਹੀ ਪੈਂਦਾ ਨਾ ਉਹ ਯੈਲੋ ਯੈਲੋ ਹੋਰ ਵੀ ਯੈਲੋ ਹੋ ਜਾਂਦਾ ਹੈ। ਗੋਲਡਨ ਸਟੇਟ ਵੀ ਕਹਿੰਦੇ ਨੇ, ਗੋਲਡਨ ਸਟੇਟ ਕਹਿੰਦੇ ਨੇ ਉਹਨੂੰ, ਹਾਂ ਗੋਲਡਨ ਸਟੇਟ ਕਹਿੰਦੇ ਨੇ। ਜਿਹੜਾ ਜਿਹੜਾ ਆਪਣਾ ਪੰਜਾਬ ਆ ਨਾ, ਪੰਜਾਬ ਵੀ ਕਾਫੀ ਹੱਦ ਤੱਕ ਇਹੀ ਚੀਜ਼ ਆ
ਇਹ ਕੈਲੀਫੋਰਨੀਆ ਤੇ ਪੰਜਾਬ ਦੋਨਾਂ ਦੀ ਜੋ ਬੈਕਬੋਨ ਹੈਗੀ ਉਹ ਵਾਟਰ ਸਪਲਾਈ ਆ। ਤੇ ਤਾਂਹੀਓ ਜਿੱਥੇ ਜਿੱਥੇ ਵਾਟਰ ਦਿੱਤਾ ਗਿਆ ਗੌਰਮੈਂਟ ਵੱਲੋਂ ਜਾਂ ਸਿਸਟਮਸ ਬਣ ਗਏ ਨੇ ਉਸ ਜਗ੍ਹਾ ਤੇ ਬਹੁਤ ਪ੍ਰੋਡਕਟਿਵਿਟੀ ਆ। ਤਾਂ ਜਿਵੇਂ ਹੀ ਤੁਸੀਂ ਵਾਟਰ ਤੋਂ ਸਾਈਡ ਹੋ ਜਾਂਦੇ ਹੋ ਤਾਂ ਇੱਕਦਮ ਡਾਊਨਫਾਲ ਆ ਜਾਂਦਾ, ਇੱਕਦਮ ਐਕਸਟ੍ਰੀਮ ਡਾਊਨਫਾਲ। ਤਾਂ ਪਾਣੀ ਹੀ ਬੈਕਬੋਨ ਆ ਮਤਲਬ ਕੈਲੀਫੋਰਨੀਆ ਤੇ ਇੰਡੀਆ ਦੀ, ਦਿੱਲੀ ਮਤਲਬ ਪੰਜਾਬ ਦੀ, ਇੰਡੀਆ ਨਹੀਂ, ਇੰਡੀਆ ਨਹੀਂ ਪੰਜਾਬ ਦੀ, ਮਤਲਬ ਪੰਜਾਬ ਪੰਜਾਬ ਜਿਹੜਾ ਜ਼ੋਨ ਆ। ਤੇ ਕਿਉਂਕਿ ਆਪਾਂ ਟਰਾਈ ਕੀਤਾ ਨਾ ਪਿੰਡ, ਮੈਂ ਜਿਹੜਾ ਇੱਕ ਏਕੜ ਆਪਣੇ ਦਸੌਂਦਰ ਸਿੰਘ ਵਾਲੇ ਜਿਹੜਾ ਮੈਂ ਫੂਡ ਫੋਰੈਸਟ ਗਰੋ ਕਰ ਰਿਹਾ, ਉਹਦੀ ਪ੍ਰੋਡਕਟਿਵਿਟੀ ਨਹੀਂ ਆ ਪਾ ਰਹੀ ਜੇ ਅਸੀਂ ਪਾਣੀ ਨਹੀਂ ਦੇ ਰਹੇ ਉਹਨੂੰ। ਤੇ ਜਦਕਿ ਜਿਹੜਾ ਅਸੀਂ ਫਤਿਹਗੜ੍ਹ ਸਾਹਿਬ ਸਾਈਡ ਇੱਧਰ ਮੋਹਾਲੀ ਦੇ ਕੋਲੇ ਕਰ ਰਹੇ ਹਾਂ, ਇੱਥੇ ਰੇਨਫਾਲ ਬਹੁਤ ਅੱਛੀ ਆ, ਤਾਂ ਇੱਥੇ ਵਿਦਾਊਟ ਵਾਟਰ ਹੀ ਬਹੁਤ ਗ੍ਰੀਨ ਹੋ ਗਿਆ, ਲਸ਼ ਗ੍ਰੀਨ ਹੋ ਗਿਆ। ਤੇ ਪਰ ਉਹ ਦਸੌਂਦਰ ਸਿੰਘ ਵਾਲਾ ਸਾਈਡ ਨਹੀਂ ਆ ਪਾ ਰਹੀ। ਤੇ ਹੁਣ ਮੈਨੂੰ ਰਿਸਰਚ ਪੜ੍ਹ ਰਿਹਾ ਸੀਗਾ, ਇਹ ਆਪਾਂ ਸਾਰੇ ਨਾ ਇਹ ਟਿੱਬਿਆਂ ਦੇ ਵਿੱਚ ਹੀ ਬੈਠੇ ਆ ਸਾਰੇ, ਇਹ ਜਿਹੜਾ ਜ਼ੋਨ ਆ ਪੰਜਾਬ ਹੋ ਗਿਆ, ਕੈਲੀਫੋਰਨੀਆ ਹੋ ਗਿਆ, ਇਹ ਬੇਸਿਕਲੀ ਡਰਾਈ ਲੈਂਡਸ ਨੇ, ਇਹ ਵੈਟ ਲੈਂਡ ਨਹੀਂ ਹੈਗੀ, ਡਰਾਈ ਲੈਂਡਸ ਨੇ। ਤੇ ਇੱਥੇ ਵਿਦਾਊਟ ਇੰਟਰਵੈਂਸ਼ਨ ਖੇਤੀ ਕਰਨਾ ਜਾਂ ਗ੍ਰੀਨਰੀ ਐਕਸਪੈਕਟ ਕਰਨੀ ਮੈਨੂੰ ਲੱਗਦਾ ਨਹੀਂ ਪੋਸੀਬਲ ਹੈਗੀ। ਪਰ ਇੱਕ ਚੀਜ਼ ਹੋਰ ਆ, ਕ੍ਰੋਪ ਵੀ ਇੱਥੇ ਜ਼ਿਆਦਾ ਗਰੋ ਕਰ ਰਹੀ ਆ ਦੇਖੋ, ਗਰਮੀ ਕਰਕੇ ਜਾਂ ਤਾਂ ਵੀ ਉੱਥੇ ਫੁੱਲ ਫਲੈਸ਼ ਨਹੀਂ ਹੁੰਦੀ। ਆਪਾਂ ਵੀਟ ਤੇ ਉਹ ਤਾਂ ਪਤਾ ਨਹੀਂ ਉਹਦਾ ਮੌਸਮ ਸ਼ਾਇਦ ਅਲੱਗ ਹੁੰਦਾ ਹੋਏਗਾ, ਜਿਹੜੀ ਆਪਾਂ ਕਣਕਾਂ ਤੇ ਝੋਨਾ ਜਿਹਨੂੰ ਕਹਿ ਲਓ ਤੇ ਮੱਕੀ ਮੁੱਕੀ, ਉੱਥੇ ਤਾਂ ਮੋਸਟਲੀ ਇਹੀ ਫਰੂਟ ਵਗੈਰਾ ਸੀਗਾ, ਜਾਂ ਕਹਿੰਦੇ ਸੀ ਇੱਕ ਅੱਗੇ ਜਾ ਕੇ ਵੈਜੀਟੇਬਲ ਉਹ ਵੀ ਜ਼ੋਨ ਵੀ ਸੀਗੀ ਜਿੱਥੇ ਸਬਜ਼ੀਆਂ। ਹਾਂ ਇੱਕ ਵੈਜੀਟੇਬਲ, ਪਰ ਵੈਜੀਟੇਬਲ ਜ਼ੋਨ ਵੀ ਨਾ ਉੱਥੇ ਉਹਨਾਂ ਨੇ ਕਨਾਲ ਉੱਥੇ ਕੱਢੀ ਹੋਈ ਸੀ ਵਿੱਚੋਂ, ਨਾਲ ਨਹਿਰ ਕੱਢੀ ਹੋਈ ਸੀ ਤੇ ਨਹਿਰ ਦੇ ਸਿਰ ਤੇ ਹੀ ਉਹ ਚੱਲ ਰਿਹਾ ਸੀ। ਤੇ ਸਪ੍ਰਿੰਕਲਰਸ ਬਹੁਤ ਜ਼ਿਆਦਾ ਲੱਗੇ ਹੋਏ ਨੇ ਜਗ੍ਹਾ ਜਗ੍ਹਾ, ਹਰ ਪੇੜ ਦੇ ਨਾਲ ਹਰ ਖੇਤ ਦੇ ਵਿੱਚ ਪੂਰੇ ਇੱਦਾਂ ਲਾਈਨਾਂ ਪਾ ਕੇ ਸਪ੍ਰਿੰਕਲਰਸ ਤੇ ਸਪ੍ਰਿੰਕਲਰਸ ਲਾਏ ਹੋਏ ਚਾਰੋਂ ਪਾਸੇ। ਤੇ ਮਤਲਬ ਪਾਣੀ ਬਹੁਤ ਸਪਲਾਈ ਕੀਤਾ ਹੋਇਆ ਗੌਰਮੈਂਟ ਨੇ ਖੇਤੀ ਕਰਨ ਵਾਸਤੇ, ਹੈ ਨਾ। ਤੇ ਮੇਰੀਆਂ ਇਸ ਤੋਂ ਇਲਾਵਾ ਨਾ ਦੋ ਹੋਰ ਓਬਜ਼ਰਵੇਸ਼ਨਸ ਰਹੀਆਂ ਜਿਹੜੀ ਮੈਂ ਸ਼ੇਅਰ ਕਰਨੀ ਚਾਹੂੰਗੀ। ਇੱਕ ਤਾਂ ਜਿਵੇਂ ਮੈਂ ਜਦੋਂ ਮੈਂ ਇੰਡੀਆ ਤੋਂ ਕੈਨੇਡਾ ਆਈ ਸੀ ਨਾ, ਮੈਨੂੰ ਇੱਥੇ ਬੜੇ ਬੰਦੇ ਟਾਵੇਂ ਟਾਵੇਂ ਦਿਖਦੇ ਸੀਗੇ ਕੈਨੇਡਾ 'ਚ ਨਾ, ਕਿ ਇੱਥੇ ਦੀ ਪਾਪੂਲੇਸ਼ਨ ਘੱਟ ਹੈ ਤਾਂ ਓਬਵੀਅਸਲੀ ਟਾਵੇਂ ਟਾਵੇਂ ਦਿਖਦੇ ਨੇ। ਮੈਂ ਤਾਂ ਉੱਥੇ ਜਾਂਦੇ ਸਾਰੇ 3-4 ਦਿਨ ਤਾਂ ਮੈਂ ਇਹੀ ਬੋਲਦੀ ਰਹੀ ਸਾਰਿਆਂ ਨੂੰ ਕਿ ਭਾਈ ਤੁਹਾਡੇ ਬੰਦੇ ਕਿੱਥੇ ਨੇ ਇੱਥੇ, ਹੈ ਨਾ। ਮਤਲਬ ਬੰਦਿਆਂ ਦੀ ਘਾਟ ਨਹੀਂ ਹੈਗੀ, ਗੱਡੀਆਂ ਬਹੁਤ ਨੇ, ਮਤਲਬ ਉੱਥੇ ਟ੍ਰੈਫਿਕ ਟਰੂਫਿਕ ਠੀਕ ਠਾਕ ਵਧੀਆ ਟ੍ਰੈਫਿਕ ਹੈ, ਪਰ ਮੈਨੂੰ ਨਾ ਕੋਈ ਪੈਦਲ ਬੰਦਾ ਚੱਲਦਾ ਨਹੀਂ ਦੇਖਿਆ ਉੱਥੇ ਮੈਂ, ਵੀ ਸੜਕ ਦੇ ਬੰਨੇ ਕੋਈ ਚੱਲਦਾ ਹੋਏ ਪੈਦਲ, ਹੈ ਨਾ, ਕੋਈ ਗਰੋਸਰੀ ਲੈ ਕੇ ਆ ਰਿਹਾ ਇੱਦਾਂ ਦਾ। ਮਤਲਬ ਉਹ ਕਹਿੰਦੇ ਕਿ ਚਲੋ ਇੰਟੀਰੀਅਰ 'ਚ ਹੋਣਗੇ ਜੀ ਉਹ, ਜਾਂ ਗਰਮੀ ਕਰਕੇ ਲੋਕ ਨਹੀਂ ਨਿਕਲਦੇ, ਉਹ ਵੀ ਇੱਕ ਰੀਜ਼ਨ ਹੋ ਸਕਦਾ। ਪਰ ਮੈਂ ਇੱਥੇ ਦੇਖਿਆ ਕੈਨੇਡਾ ਦੇ ਵਿੱਚ, ਭਾਵਾਂ ਦੀ ਮੌਸਮ ਜਿੰਨਾ ਮਰਜ਼ੀ ਖਰਾਬ ਹੋਵੇ, ਇੱਥੇ ਬਰਫਾਂ ਪੈਂਦੀਆਂ ਹੋਣ ਜਾਂ ਪੂਰੀ ਗਰਮੀ ਹੋਵੇ, ਜਿਹੋ ਜਿਹਾ ਮਰਜ਼ੀ ਮੌਸਮ ਹੋਵੇ, ਅਸੀਂ ਇੱਥੇ ਤੁਸੀਂ ਬਾਹਰ ਨਿਕਲੋ ਤਾਂ ਵਿਚਾਰੇ ਸਟੂਡੈਂਟ ਜਿਹੜੇ ਹੁੰਦੇ ਨੇ, ਹੈ ਨਾ, ਸਟੂਡੈਂਟ ਟਾਈਪ ਲੋਕ ਜਿਹਨਾਂ ਕੋਲ ਗੱਡੀਆਂ ਨਹੀਂ ਹੁੰਦੀਆਂ ਹੈਗੀਆਂ, ਉਹ ਆਪਣਾ ਗਰੋਸਰੀਆਂ ਢੋ ਰਹੇ ਹੁੰਦੇ ਨੇ, ਜਾਂ ਕੋਈ ਨਾ ਕੋਈ ਪੈਦਲ ਜਾ ਰਿਹਾ ਹੁੰਦਾ ਸੜਕਾਂ ਦੇ ਸਾਈਡ ਤੋਂ, ਤੁਹਾਨੂੰ ਮਿਲ ਹੀ ਜਾਣਗੇ ਲੋਕ ਇੱਥੇ ਪੈਦਲ ਚੱਲਦੇ ਹੋਏ। ਕੈਲੀਫੋਰਨੀਆ ਨਹੀਂ ਇਕੱਲੇ ਸਟੂਡੈਂਟ ਨਹੀਂ, ਬਲਕਿ ਗੋਰੇ ਵੀ ਡੌਗ ਵਗੈਰਾ ਪ੍ਰੋਪਰ ਘੁਮਾਉਂਦੇ ਨੇ। ਹਾਂ ਮਤਲਬ ਇੱਥੇ ਮੈਂ ਐਨੀਮਲ ਲਾਈਫ ਬਹੁਤ ਦੇਖੀ ਆਪਣੇ ਇੱਥੇ ਕੈਨੇਡਾ 'ਚ, ਬਹੁਤ ਹੈ, ਪੈਟਸ ਵਗੈਰਾ ਬਹੁਤ ਨੇ, ਲੋਕ ਘੁਮਾਉਂਦੇ ਬਹੁਤ ਨੇ, ਸੈਰ ਬਹੁਤ ਕਰਦੇ ਨੇ, ਹੈ ਨਾ। ਪਰ ਮੈਂ ਕੈਲੀਫੋਰਨੀਆ 'ਚ ਦੇਖੋ ਅਸੀਂ 3 ਜਗ੍ਹਾ ਘੁੰਮੇ। ਇੱਕ ਤਾਂ ਅਸੀਂ ਜਿੱਥੇ ਅਸੀਂ ਗਏ ਸੀਗੇ ਉਹ ਸਿਟੀ ਸੀਗੀ, ਫਿਰ ਅਸੀਂ LA ਸਿਟੀ ਦੇ ਵਿੱਚ ਵੀ ਗਏ, ਫਿਰ ਅਸੀਂ ਸੈਨ ਫਰਾਂਸਿਸਕੋ ਦੇ ਵਿੱਚ ਵੀ ਗਏ, ਹੈ ਨਾ। ਅਤੇ ਅਸੀਂ 3-4 ਸ਼ਹਿਰ ਉੱਥੇ ਘੁੰਮੇ। ਮੈਨੂੰ ਕਿਸੇ ਸ਼ਹਿਰ ਦੇ ਵਿੱਚ ਨਾ ਕੰਮ ਦੇ ਰਾਹੀਂ ਲੋਕ, ਮਤਲਬ ਕੰਮ ਦੇ ਕਰਕੇ ਪੈਦਲ ਲੋਕ ਚੱਲਦੇ ਨਹੀਂ ਦਿਖੇ ਮੈਨੂੰ, ਅਤੇ ਨਾ ਹੀ ਮੈਨੂੰ ਉੱਥੇ ਪਬਲਿਕ ਟਰਾਂਸਪੋਰਟ ਬਹੁਤ ਦਿਖਿਆ, ਬੱਸਾਂ ਨਹੀਂ ਦਿਖੀਆਂ ਮੈਨੂੰ ਬਿਲਕੁਲ ਵੀ, ਕਾਰਾਂ ਹੀ ਕਾਰਾਂ, ਉਹ ਵੀ ਹਾਈਫਾਈ ਇਲੈਕਟ੍ਰਿਕ ਕਾਰਾਂ। ਮਤਲਬ ਉਹ ਤੁਸੀਂ ਇਹ ਕਹਿ ਲਓ ਕਿ ਉਹਨਾਂ ਦਾ ਲਿਵਿੰਗ ਸਟੈਂਡਰਡ ਜੇ ਆਪਾਂ ਅੱਜ ਕੱਲ੍ਹ ਦੇ ਉਹਦੇ ਅਕੋਰਡਿੰਗ ਕਹਿ ਲਈਏ, ਜਿਵੇਂ ਲੋਕ ਕਹਿੰਦੇ ਨੇ, ਉਹ ਹਾਈ ਹੈ USA ਵਾਲੇ ਲੋਕਾਂ ਦਾ। ਅਤੇ ਇਹਦੇ ਕਰਕੇ ਉਹ ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਨਾ ਚੱਲਣਾ ਫਿਰਨਾ ਜਿੱਥੇ ਤੱਕ ਮੈਨੂੰ ਲੱਗਦਾ ਉਹ ਘੱਟ ਕਰ ਚੁੱਕੇ ਨੇ। ਉਹ ਹਰੇਕ ਛੋਟਾ ਛੋਟਾ ਕੰਮ ਗੱਡੀਆਂ 'ਚ ਕਰਦੇ ਨੇ, ਅਤੇ ਉਹ ਅਤੇ ਮੈਡੀਕਲ ਦੀਆਂ ਸ਼ੋਪਸ ਮੈਨੂੰ ਬਹੁਤ ਦਿਖੀਆਂ ਉੱਥੇ, ਮੈਡੀਕਲ ਰਿਲੇਟਿਡ ਹੈਲਥ ਰਿਲੇਟਿਡ ਸ਼ੋਪਸ ਮੈਨੂੰ ਬਹੁਤ ਦਿਖੀਆਂ, ਜੋ ਕਿ ਡਾਇਰੈਕਟਲੀ ਕੋਰੀਲੇਟ ਕਰ ਸਕਦੀ ਹਾਂ ਮੈਂ, ਕਿਉਂਕਿ ਲੋਕਾਂ ਨੇ ਚੱਲਣਾ ਫਿਰਨਾ ਘੱਟ ਕਰਤਾ, ਕਾਰਾਂ 'ਤੇ ਡਿਪੈਂਡੈਂਸੀ ਹੋ ਗਈ, AC ਦੇ ਵਿੱਚ ਇਹ ਵੈਦਰਸ ਦੇ ਵਿੱਚ ਰਹਿੰਦੇ ਨੇ, ਇਸ ਕਰਕੇ ਉਹਨਾਂ ਦੀ ਹੈਲਥ ਪ੍ਰੋਬਲਮਸ ਆਉਂਦੀਆਂ ਨੇ, ਕਿਉਂਕਿ ਉਹ ਨੈਚੁਰਲ ਤਰੀਕੇ ਨਾਲ ਜਿਹਨੂੰ ਆਪਾਂ ਰਹਿਣਾ ਕਹਿੰਦੇ ਹਾਂ ਨਾ, ਉਹ ਮੈਨੂੰ ਬਹੁਤ ਉੱਥੇ ਨਜ਼ਰ ਨਹੀਂ ਆਇਆ। ਇੱਕ ਤਾਂ ਮੇਰੀ ਇਹ ਓਬਜ਼ਰਵੇਸ਼ਨ ਰਹੀ, ਹੈ ਨਾ। ਅਤੇ ਦੂਜੀ ਓਬਜ਼ਰਵੇਸ਼ਨ ਮੇਰੀ ਇਹ ਰਹੀ ਕਿ ਅਸੀਂ ਜਿਨ੍ਹਾਂ ਦੇ ਘਰ ਰਹਿ ਰਹੇ ਸੀਗੇ ਨਾ, ਆਪਣੀ ਕਜ਼ਨ ਹੈ ਜੋਤੀ, ਉਹਨਾਂ ਦੇ ਜਿਹੜੇ ਹਸਬੈਂਡ ਨੇ ਨਾ, ਉਹ ਜੌਬ ਨਹੀਂ ਕਰਦੇ 9 to 5,
मतलब वह घरे बैठे ही अपना सैल्फ डिपेंडेंट ने, मतलब थोड़ा बहुत एक अद्धा घंटा इन्वैसट करते हैं अपने शेयर मार्केट वगैरह के, तो वह बाकी का दिन उन्होंने को फ्री हों। तो फिर असी दूजी जगह गए अपने नैफ्यू को, जानू को गए थे सैन फ्रांसिस्को के नेड़े। उन्हें भी जॉब छड़ी रीसेंटली है ना, एक हफ्ता पहला ही साढ़े आने तो छड़ी सी, तो वह भी वेला सीगा। तो वेलिया बंद ने सानू इन्ना एंटरटेन किया, दुना ने मज़ा आ गया उन्होंने रह के। मतलब उही हुंदा है कि जे कोई, जे तुसी किसी नू विजिट करते हो तो वह बंदा जे नौकरी दे विच रुझिया होवे तो वह एक तो वह दिमाग च टेंशन दिखती है नौकरी की है ना, तो वह तुहानू इन्ना टाइम भी नहीं दे पाता क्योंकि उन्हें 9 to 5 अपनी जॉब भी करनी हुंदी है। तो वह बेचारा आके फिर उन्हें मिस करता है कि मैं थोड़े ना टाइम नहीं स्पेंड किया, तो बेचारा आके कुछ ना कुछ करने की ट्राई करता, सानू भी गिल्ट फील हुंदा उस चीज़ को लैके। पर ये दो बंदे जो सानू मिले, असं इन्हों हासे हासे अनइंपलॉयड कहने इन्हों के मतलब अनइंपलॉयड ने, इन्हों को कोई काम काज नहीं है, बड़े हसी हसी इस गल को लैके। पर इन्हों ना रह के साडा बहुत वधिया टाइम स्पेंड होया, इन्हों ने सानू घुमाया फराया गल्लां मारियां इंजॉय किया हर जगह। इन्हों को लेजर टाइम हुंदा सीगा, सानू ये नहीं लगता सी असीं किसी नूं जबरदस्ती फड़ के लैके जा रहे हो, अपने मन दे नाल उन्होंने सानू रिसीव किया, तो साढ़े नाल बहुत वधिया टाइम स्पेंड किया, दिल दीआं गल्लां वी कीतीआं सी बैठ के, गिटार गटूर बजा के देखी, म्यूजिक भी नाल ऐड होया विच है ना। तो ये चीज़ मैनूं बड़ी अच्छी लगी कि देखो जिहड़ा वेला बंदा हुंदा है ओह जिंदगी किन्नी शानदार हुंदी है, मतलब कहण नूं है ना। तो अच्छा लग्या मैनूं ये देख के कि पहला आपां, मेरा नज़रिया पहला यह हुंदा सी कि वह बंदा वेला है, कमांदा नहीं भी दस भी की करदा, अपना टाइम वेस्ट करदा है। पर कुछ महीनों तो या कुछ सालों तो मेरा नज़रिया बहुत चेंज होया इस चीज़ को लैके, वेले बंदे एक्चुअली ही बहुत वधिया जिंदगी गुजारते हैं, तो बहुत टेंशन फ्री, तो बहुत अच्छे तरीके नाल अपना टाइम स्पेंड करते हैं। नहीं उही आपां तां कहंदे सी सानू भी एह जी सानू भी दात मिल जाए मतलब उसनू ऑर्डर्स मिल रहे ने ते उह सिर्फ परफॉर्म कर रहा, फिजिकल आ मेंटल लेवल ते कुछ नहीं कर रहा। हुण जदों तुसी मेंटली थोड़ी अपने कंट्रोल च आ जाने हो ते फिर ना तुसी डिजाइन बैटर कर सकते हो चीजा नू। ते मैं देखिया कि जिवें मन के चलो कि तुसी ऑफिस चो थोड़ी सैलरी मिलती है तुसी, पर तुसी 8-8, 10-10 घंटे 12-12 घंटे आराम नाल काम ते फसे रहिंदे ने लोग, तां ओह लोग की करदे ने ओह आके आके ना फटाफट पैसा खर्चदे ने ते मॉलां च जाणगे, ओह फिल्मां दिखाणगे क्योंकि उन्हां दा सल्यूशन वाया मनी आ, है ना। थोड़ा महंगे रेस्टोरेंट च लैके जाएंगे, हुण जिहड़ा बंदे कोल टाइम हुंदा ओह थोनू नेचर च जाके लैके जाऊगा, कुदरत च लैके जाऊगा जिथे कोई टिकट ही नहीं लगनी, है ना। थोनू तुसी वॉक करन जा सकते हो, तुसी एडवेंचर करन जा सकते हो, तुसी ट्रैकिंग ते करन जा सकते हो, जिथे ना तुसी बैटर बॉन्ड हुंदे हो ते थोड़ा खर्चा भी घट हुंदा, तां ओह जिहड़ा खर्चा घट आ ओह थोड़ा सीधा सीधा थोड़ा प्रैशर लै लैंदा जो तुसी अर्न करन वाले प्रैशर दे थल्ले हो। तां मैनूं इह लगदा कि जिहड़ी इह जिहड़ा आपां वर्कहोलिक कह दिंदे आ जां वर्किंग बहुत काम करन वाले लोग ने ना, आपां इहनां नूं बहुत उपर ग्रेड कर रहे हां समाज कि देखो वो तो टाइम ही नहीं है, वह टाइम ही नहीं है। मैं लगता है कि यह ना हूँ ये टाइम आ गया कि वह क्वेश्चनिंग कर इट्स नॉट अ गुड वे। मैं लगता कि दिन के हद तो हद बंदे 4 घंटे काम करना चाहिए, बद तो बद मैं कह रहा जो 4 क्योंकि मैं हूँ तुम खुद देखो कि मैं हूँ इंडिविजुअल कला रह रहा बिल्कुल उरे, तो मैं हूँ बहुत इन रिसर्च मंगू लिता वा कि मैं दिन के किन्ने टाइम मैं किमें, मैं 3-4 आइटम ने तो कॉम्प्रोमाइज़ हो ही नहीं सकता, सौन नहीं हो सकता, फूड नाल नहीं हो सकता, है ना। ये चीज़ें तो करनी ही करनी ने, हुण मैं टाइम ऑर्गेनाइज़ कर रहा पूरे दिन का। तो मैनू मैं सोच के हैरान हाँ कि जबकि मैं हजे कोई मेन स्ट्रीम काम भी नहीं करता कोई इस टाइप का कि जिदा कि मैनू बर्डन होवे कि मतलब 12-12 घंटे तो मैं लगता नॉर्मल मार्केट स्टैंडर्ड अज की डेट च जे कोई एक्सपैक्ट कर रहा इंपलॉई नूं 12 घंटे तो कहिंदा कि मेरे को आ जाए, है ना। अजकल वो तो हैगा नहीं कि 8 घंटे वाला। तो मैं मैनू लग रहा कि यार मेरे को टाइम ही नहीं हो सकता सैल्फ इंप्रूवमेंट का जे मैं 8 घंटे भी देव कि इम्पॉसीबल आ। तो जेडे भी मैं हम पिछे पॉडकास्ट देख रहा या मैं बहुत जया शेट्टी की पॉडकास्ट बड़ी देखता जेडे भी लोग सैल्फ इंप्रूवमेंट वास्ते आए हैं जब मैं उन्होंने परसनली भी मिले जेडे लोगों ने बहुत बड़ी बड़ी प्रॉब्लम सॉल्व करनी ड्रग की प्रॉब्लम सॉल्व कर ली मैंटल डिजीज की प्रॉब्लम सॉल्व कर ली उन्होंने सब दे विच एक चीज़ सी कि उन्होंने कोल टाइम सीगा फ्रीडम सी टाइम की। तो मैं
ਟਾਈਮ ਟਾਈਮ ਬਹੁਤ ਵੱਡੀ ਚੀਜ਼ ਹੁੰਦੀ ਹੈ ਵੀ ਮੈਂ ਤੈਨੂੰ ਇਹ ਮਤਲਬ ਛੋਟੇ ਛੋਟੇ ਐਗਜ਼ਾਮਪਲ ਦੇ ਸਕਦੀ ਹਾਂ ਜਿਵੇਂ ਕਿ ਅਸੀਂ ਹਾਈਵੇ ਤੋਂ ਗੁਜ਼ਰ ਰਹੇ ਹਾਂ ਅਤੇ ਸਾਈਡਾਂ 'ਤੇ ਬਾਗ ਲੱਗੇ ਹੋਏ ਨੇ ਤਾਂ ਅਸੀਂ ਕਹਿ ਰਹੇ ਹਾਂ ਅਸੀਂ ਦੁਨੇ ਮੈਂ ਦਸ਼ਮ ਦੀ ਆਪਸ 'ਚ ਗੱਲ ਕਰ ਰਹੇ ਹਾਂ ਕਿ ਇਹ ਕਿਹਦੇ ਪੇੜ ਲੱਗੇ ਨੇ ਚਾਹੇ ਬਦਾਮ ਦੇ ਲੱਗੇ ਨੇ ਪਤਾ ਨਹੀਂ ਬਦਾਮ ਕਿਵੇਂ ਲੱਗਦੇ ਨੇ ਇਹਦੇ 'ਚ ਕਿੱਦਾਂ ਦੇ ਦਿਖਦੇ ਨੇ ਬਰਾਊਨ ਬਰਾਊਨ ਲਟਕਦੇ ਸਾਨੂੰ ਦਿਖ ਰਹੇ ਨੇ ਦੂਰੋਂ ਦਿਖ ਰਹੇ ਨੇ ਉਹ ਦਮਨ ਨੇ ਸੁਣਿਆ ਦਮਨ ਕਹਿੰਦਾ ਮੈਂ ਤੁਹਾਨੂੰ ਲੈ ਕੇ ਚੱਲਦਾ ਬਾਗ 'ਚ ਮਤਲਬ ਉਹੀ ਇੱਕ ਇੱਕ ਜੇ ਬੰਦੇ ਕੋਲ ਟਾਈਮ ਨਾ ਹੁੰਦਾ ਉਹਨੇ ਸਾਨੂੰ ਉੱਥੋਂ ਐਕਸਪਲੇਨ ਕਰ ਦੇਣਾ ਸੀ ਦੂਰੋਂ ਹੀ ਵੀ ਇੱਦਾਂ ਇੱਦਾਂ ਬਾਗ ਹੁੰਦੇ ਨੇ ਅਤੇ ਆਪਣਾ ਟਾਈਮ ਦੇ ਲਿਮਿਟ ਦੇ ਅੰਦਰ ਸਾਨੂੰ ਜਿੰਨਾ ਕੁ ਦਿਖਾ ਸਕਦੇ ਚੀਜ਼ਾਂ ਦਿਖਾਉਣੀਆਂ ਸੀਗੀਆਂ ਕਿਉਂਕਿ ਉਹਦੇ ਕੋਲ ਟਾਈਮ ਸੀਗਾ ਉਹਨੇ ਗੱਡੀ ਮੋੜ ਲਈ ਬਾਗਾਂ ਦੇ ਸਾਈਡ ਤੇ ਵੀ ਚਲੋ ਤੁਹਾਨੂੰ ਆਪਣੇ ਫਰੈਂਡ ਕੋਲ ਲੈ ਕੇ ਚੱਲਦਾ ਉਹਦੇ ਬਾਗ ਨੇ ਇੱਥੇ ਵੀ ਉੱਥੇ ਤੁਸੀਂ ਆਰਾਮ ਨਾਲ ਬੈਠ ਕੇ ਦੇਖਿਓ ਤੇ ਫਿਰ ਸਾਨੂੰ ਉਹ ਪੇੜਾਂ ਦੇ ਵਿੱਚ ਲੈ ਗਿਆ ਕਿ ਇਹ ਤੋੜ ਕੇ ਦੇਖੋ ਦੀਦੀ ਇਹਨੂੰ ਤੋੜ ਕੇ ਖੋਲ ਕੇ ਦੇਖੋ ਅੰਦਰ ਇੱਦਾਂ ਹੁੰਦਾ ਇਹਦੇ ਅੰਦਰ ਬਦਾਮ ਦੇਖੋ ਇਹਦੇ ਅੰਦਰ ਇੱਦਾਂ ਦੇਖਦਾ ਇਹ ਕਾਗਜ਼ੀ ਬਦਾਮ ਨੇ ਆ ਨੌਨ ਕਾਗਜ਼ੀ ਬਦਾਮ ਨੇ ਤੇ ਉਹੀ ਬਾਗ ਦੇ ਵਿੱਚ ਹੋਰ ਫਰੂਟ ਲੱਗੇ ਨੇ ਇੱਕ ਇੱਕ ਫਰੂਟ ਦੇ ਪੇੜ ਕੋਲੇ ਸਾਨੂੰ ਲੈ ਕੇ ਗਏ ਤੇ ਉੱਥੇ ਦਿਖਾਇਆ ਵੀ ਫਰੂਟ ਕਿਵੇਂ ਲੱਗਦੇ ਨੇ ਨਾ ਇਹ ਐਵੋਕੈਡੋ ਕਿਵੇਂ ਲੱਗਦੇ ਹੁੰਦੇ ਨੇ ਬਾਕੀ ਫਰੂਟ ਕਿਵੇਂ ਲੱਗਦੇ ਹੁੰਦੇ ਨੇ ਤੇ ਬਹੁਤ ਵਧੀਆ ਲੱਗਿਆ ਵੀ ਜੋ ਅਸੀਂ ਮੂੰਹ ਚੋਂ ਕੱਢਿਆ ਕਰੀਏ ਨਾ ਗੱਲ ਨੂੰ ਕਿਉਂਕਿ ਇਹ ਲੋਕਾਂ ਕੋਲ ਟਾਈਮ ਜਾਨੂ ਨਾਲ ਵੀ ਸੇਮ ਚੀਜ਼ ਉਹ ਸਾਨੂੰ ਇੱਦਾਂ ਹੀ ਡਰਾਈਵ ਤੇ ਲੈ ਗਏ ਵੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਿਟੀ ਦਿਖਾਉਣਾ ਨੇੜੇ ਇੱਥੇ ਪਲੈਜ਼ੈਂਟਨ ਕਰਕੇ ਇੱਕ ਸਿਟੀ ਸੀਗਾ ਨਾ ਬੜਾ ਕਿਊਟ ਜਿਹਾ ਸਿਟੀ ਸੀਗਾ ਬ੍ਰਿਟਿਸ਼ ਕਲਚਰ ਵਾਲਾ ਉਹ ਸਾਨੂੰ ਇੱਦਾਂ ਹੀ ਲੈ ਗਿਆ ਚਲੋ ਆਪਾਂ ਡਰਾਈਵ ਤੇ ਚੱਲਦੇ ਹਾਂ ਆਪਾਂ ਅੱਜ ਕੋਈ ਸਿਟੀ ਦੇਖ ਕੇ ਆਉਂਦੇ ਹਾਂ ਨਾ ਅਤੇ ਉਹ ਸਾਨੂੰ ਲੌਂਗ ਡਰਾਈਵ ਤੇ ਲੈ ਗਿਆ ਬੜੀ ਸੋਹਣੀ ਜੀ ਉੱਥੇ ਇੱਕ ਛੋਟਾ ਜਿਹਾ ਬ੍ਰਿਟਿਸ਼ ਉਹਦੇ ਵਾਲਾ ਇਨਵਾਇਰਮੈਂਟ ਟਾਈਪ ਦਾ ਇੱਕ ਸਿਟੀ ਸੀਗਾ ਨਾ ਉੱਥੇ ਸਾਨੂੰ ਘੁਮਾਇਆ ਬਿਠਾ ਕੇ ਉਹਨੇ ਸਾਈਡ 'ਤੇ ਗੱਡੀ ਲਾ ਕੇ ਚਲੋ ਆਪਾਂ ਪੈਦਲ ਚੱਲੀਏ ਅਤੇ 10 ਮਿੰਟ ਵੈਸੇ ਵਾਕ ਕਰਕੇ ਆਈਏ ਅਤੇ ਇਹ ਜਿਹੜੀ ਇਹੋ ਜਿਹੀ ਚੀਜ਼ਾਂ ਹੁੰਦੀਆਂ ਲੈਜਰ ਚੀਜ਼ ਜਿਹਨੂੰ ਆਪਾਂ ਕਹਿੰਦੇ ਲੈਜਰ ਇਹ ਐਕਚੁਅਲ ਘੁੰਮਣਾ ਫਿਰਨਾ ਹੁੰਦਾ ਹੈ ਰਾਦਰ ਦੈਨ ਕਿ ਤੁਸੀਂ ਮੌਲਾਂ ਦੇ ਅੰਦਰ ਵੜ ਜਾਓ ਸ਼ੋਪਿੰਗ ਕਰਨ ਲੱਗ ਜਾਓ ਜਾਂ ਤੁਸੀਂ ਫਿਲਮ ਦੇਖਣ ਚਲੇ ਜਾਓ ਜਾਂ ਜ਼ਬਰਦਸਤੀ ਕਿਤੇ ਫੂਡ ਖਾਓ ਬੈਠ ਕੇ ਵੀ ਹਾਂ ਵੀ ਤੁਹਾਨੂੰ ਐਂਟਰਟੇਨ ਕਰਨ ਵਾਸਤੇ ਕੋਈ ਬੰਦਾ ਦੂਜਾ ਕੁਛ ਕਰ ਰਿਹਾ ਸਪੈਸ਼ਲ ਐਫਰਟਸ ਕਰ ਰਿਹਾ ਐਫਰਟਲੈਸ ਜਿਹੜਾ ਤੁਹਾਡਾ ਤੁਹਾਡੀ ਇੰਟਰਟੇਨਮੈਂਟ ਇਸ ਤਰੀਕੇ ਦੀ ਹੁੰਦੀ ਹੈ ਨਾ ਜਿੱਥੇ ਤੁਸੀਂ ਕੁਆਲਿਟੀ ਟਾਈਮ ਸਪੈਂਡ ਕਰਦੇ ਹੋ ਇੱਕ ਦੂਜੇ ਦੇ ਨਾਲ ਅਤੇ ਅਸੀਂ ਉੱਥੇ ਬੈਠ ਕੇ ਫਿਰ ਗੱਲਾਂ ਕੀਤੀਆਂ ਹਾਂ ਵੀ ਆਪਣੀ ਪੁਰਾਣੀ ਦੁੱਖ ਦਰਦ ਦੀਆਂ ਗੱਲਾਂ ਫਿਊਚਰ ਦੀਆਂ ਗੱਲਾਂ ਕੀ ਪਲਾਨ ਕਰ ਰਹੇ ਹੋ ਕੀ ਕਰਨਾ ਹੈ ਕੀ ਨਹੀਂ ਕਰਨਾ ਤੂੰ ਆਪਣੀ ਜ਼ਿੰਦਗੀ ਕਿਵੇਂ ਦੇਖਦਾ ਹੈ ਮੈਂ ਕਿਵੇਂ ਦੇਖਦੀ ਹਾਂ ਨਾ ਇਹ ਚੀਜ਼ਾਂ ਬਹੁਤ ਵਧੀਆ ਲੱਗੀਆਂ ਮੈਨੂੰ ਮਤਲਬ ਇਹ ਡਿਫਰੈਂਟ ਟਾਈਪ ਆਫ ਵਕੇਸ਼ਨਿੰਗ ਲੱਗੀ ਮੈਨੂੰ ਐਕਸਪੀਰੀਅੰਸ ਸੀਗਾ ਹੈ ਨਾ ਇੱਕ ਪਲੈਨਡ ਵਕੇਸ਼ਨ ਨਹੀਂ ਸੀਗੀ ਕਿ ਤੁਸੀਂ ਆਹ ਦੇਖਣਾ ਆਹ ਦੇਖਣਾ ਆਹ ਦੇਖਣਾ ਅਤੇ ਦੈਟਸ ਆਲ ਨਹੀਂ ਇਹ ਜਿੱਥੇ ਜੀ ਕਰਦਾ ਸੀ ਅਸੀਂ ਗੱਡੀ ਮੋੜ ਲੈਂਦੇ ਸੀ ਉੱਧਰ ਨੂੰ ਹੈ ਨਾ ਅਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਟਾਈਮ ਨੂੰ ਯੂਟੀਲਾਈਜ਼ ਕੀਤਾ ਇੱਕ ਹਫ਼ਤੇ ਦੇ ਕੈਲੀਫੋਰਨੀਆ ਇੱਕ ਦੁਨੀਆ ਦਾ ਇੱਕ ਇਹੋ ਜਿਹਾ ਸੂਬਾ ਜਿੱਥੇ ਹਰ ਬੰਦਾ ਪਹੁੰਚਣਾ ਚਾਹੁੰਦਾ ਕੰਪੀਟੀਟਿਵ ਤੇ ਉੱਥੇ ਦੇ ਤੁਸੀਂ ਮੈਨੂੰ ਲੱਗਦਾ ਦੋ ਐਕਸਟ੍ਰੀਮ ਦੇਖ ਲਏ ਕੁਛ ਲੋਕ ਤਾਂ ਇੱਥੇ ਇਹੋ ਜਿਹੇ ਹੋਣਗੇ ਜਿਹੜੇ ਦਿਨ ਰਾਤ ਕੰਮ ਕਰ ਰਹੇ ਹੋਣਗੇ ਪੈਸਾ ਕਮਾ ਰਹੇ ਹੋਣਗੇ ਤੇ ਸੁਪਰ ਲਗਜ਼ਰੀ 'ਚ ਹੋਣਗੇ ਤੇ ਉਹ ਫਿਰ ਮੈਡੀਕਲ ਸ਼ੋਪਸ ਤੇ ਜਾਂਦੇ ਨੇ ਓਵਰਵੇਟ ਨੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਪਰ ਉਹਨਾਂ ਕੋਲ ਪੈਸਾ ਬਹੁਤ ਆ ਹੈ ਤੇ ਇੱਕ ਹੁਣ ਇਹ ਦੌੜ ਇਸ ਦੌੜ 'ਚੋਂ ਕਿਉਂਕਿ ਉੱਥੇ ਕਿਉਂਕਿ ਕੰਪੀਟੀਸ਼ਨ ਇੰਨਾ ਹਾਈ ਆ ਤੇ ਓਬਵੀਅਸ ਆ ਕਿ ਕੁਛ ਲੋਕ ਸਾਈਡ ਵੀ ਹੋਣਗੇ ਤਾਂ ਉਹਨਾਂ ਨੇ ਆਪਣੇ ਸਿਸਟਮਸ ਬਣਾ ਲਏ ਨੇ ਤਾਂ ਉਹਨਾਂ ਨੇ ਆਪਣਾ ਇੱਕ ਇੱਕ ਮਤਲਬ ਦੋ ਸਪਲਿਟ ਆ ਦੁਨੀਆ ਸਪਲਿਟ ਉੱਥੇ ਸਪਲਿਟ ਹੋ ਚੁੱਕੀ ਆ ਦੁਨੀਆ ਕੁਛ ਲੋਕ ਹੈ ਨਾ ਇਸ ਟਾਈਪ ਦੀ ਜ਼ਿੰਦਗੀ ਜਿਉਣ ਲੱਗ ਗਏ ਜਿੱਥੇ ਕਿ ਉਹਨਾਂ ਨੇ ਆਪਣਾ ਟਾਈਮ ਨੂੰ ਹੀ ਆਪਣੇ ਨਾਲ ਇਨਕਮ ਬਣਾ ਲਈ ਇੱਕ ਤਰੀਕੇ ਦੀ ਟਾਈਮ ਦੇ ਵਿੱਚ ਹੀ ਇੱਕ ਲੋਕ ਆਪਣਾ ਟਾਈਮ ਸੈੱਲ ਕਰ ਰਹੇ ਨੇ ਇੱਕ ਲੋਕ ਟਾਈਮ ਇੰਜੋਏ ਕਰ ਰਹੇ ਨੇ ਤਾਂ ਉਹ ਤੁਹਾਨੂੰ ਐਕਸਟ੍ਰੀਮ ਉੱਥੇ ਈਜ਼ੀ ਸਮਝਣਾ ਵੀ ਈਜ਼ੀ ਇਹੋ ਜਿਹੇ ਲੋਕਾਂ ਨਾਲ ਕਿਉਂਕਿ ਉਹਨਾਂ ਨੇ ਫੁੱਲ ਸਰਕਲ ਦੇਖ ਚੁੱਕੇ ਨੇ ਉਹ ਤੇ ਜਿਹੜੇ ਛੋਟੇ ਕਸਬੇ ਨੇ ਜਾਂ ਛੋਟੇ ਸਿਟੀ ਨੇ ਜਾਂ ਇੰਡੀਆ ਵਰਗੇ ਕੰਟਰੀ ਨੇ ਇੱਥੇ ਹਜੇ ਵੀ ਲੱਗਦਾ ਗ੍ਰਾਸ ਇਜ਼ ਗ੍ਰੀਨ ਔਨ ਅਦਰ ਸਾਈਡ ਤਾਂ ਇੱਥੇ ਹਜੇ ਵੀ ਲੋਕਾਂ ਦੀ ਉਹ ਦੌੜ ਹਜੇ ਵੀ ਉਹ ਗੱਡੀਆਂ ਤੱਕ ਪਹੁੰਚਣਾ ਉਹੀ ਕੋਠੀਆਂ ਤੱਕ ਪਹੁੰਚਣਾ ਹਜੇ ਵੀ ਉਹ ਲੱਗੀ ਪਈ ਆ ਤਾਂ ਕੈਲੀਫੋਰਨੀਆ ਨੇ ਚਲੋ ਇਹ ਬਹੁਤ ਵਧੀਆ ਗੱਲ ਹੋਈ ਕਿ ਤੁਹਾਨੂੰ ਰਾਜੇ ਰਾਜੇ ਰੱਜ ਪੁੱਜ ਕੇ ਆਪਾਂ ਨੂੰ ਹਰ ਟਾਈਪ ਦੇ ਏਰੀਆਜ਼ ਮਿਲ ਜਾਂਦੇ ਨੇ ਅਸੀਂ ਸਟੈਨਫੋਰਡ ਯੂਨੀਵਰਸਿਟੀ ਉਹ ਸਿਲੀਕਨ ਵੈਲੀ ਕਹਿੰਦੇ ਨੇ ਉੱਥੇ ਵੀ ਗਏ ਸਟੀਵ ਜੌਬ ਦਾ ਘਰ ਦੇਖਿਆ ਸਟੀਵ ਜੌਬ ਦੇ ਅਸੀਂ ਬਾਹਰ ਘਰੇ ਗੱਡੀ ਲਾ ਕੇ ਅਸੀਂ ਤਾਂ ਕਹੀ ਜਾਈਏ ਇਹਨਾਂ ਨੂੰ ਜਾਂ ਕਿ ਸਾਨੂੰ ਦੂਰ ਹੀ ਰਹਿਣ ਦਿਓ ਭਾਈ ਇੱਥੇ ਸਕਿਉਰਟੀ ਹੋਣੀ ਹੈ ਵੀ ਸਾਨੂੰ ਕਿਉਂ ਲਈ ਜਾਣਾ ਕਹਿੰਦੇ ਨਾ ਨਾ ਕੋਈ ਗੱਲ ਨਹੀਂ ਹੈਗੀ ਤੁਸੀਂ ਚੱਲੋ ਸਾਨੂੰ ਉੱਥੇ ਲੈ ਗਏ ਉਹਦੇ ਘਰ ਦੇ ਮੂਹਰੇ ਗੱਡੀ ਖੜ ਕੇ ਕਹਿੰਦੇ ਬਣਾਓ ਹੁਣ ਵੀਡੀਓ ਇਹਦੇ ਘਰ ਦੀ ਉਹ ਸਾਨੂੰ ਦਿਖੇ ਕੁਛ ਨਾ ਝਾੜੀਆਂ ਝੂੜੀਆਂ ਜੀ ਉਗਾਈਆਂ ਹੋਈਆਂ ਉਹਦੇ ਆਸ ਪਾਸ ਜਾਣ ਕੇ ਕਵਰ ਜਿਹਾ ਕੀਤਾ ਹੋਇਆ ਹੈ ਅਤੇ ਫਿਰ ਅਸੀਂ ਉੱਥੇ ਵਾਕ ਕੀਤੀ ਉਹ ਬੜਾ ਮਹਿੰਗਾ ਏਰੀਆ ਹੈ ਸਮਝੀ ਨਾਮ ਕੀ ਸੀ ਉਹਦਾ ਤੈਨੂੰ ਯਾਦ ਹੈ ਪਾਲੋ ਆਲਟੋ ਪੋਲੋ ਆਲਟੋ ਕਰਕੇ ਏਰੀਆ ਹੈ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਮਹਿੰਗਾ ਹੈ ਉੱਥੇ ਮਤਲਬ ਇੱਕ ਕਨਾਲ ਦੇ ਘਰ ਤੁਸੀਂ ਕਹਿ ਲਓ ਉੱਥੇ 20 ਮਿਲੀਅਨ ਦਾ 16 ਮਿਲੀਅਨ ਦਾ ਇੱਦਾਂ ਹੈ ਮਤਲਬ ਇੰਨੇ ਮਹਿੰਗੇ ਮਹਿੰਗੇ ਘਰ
ਤੇ ਅਸੀਂ ਬੜੇ ਦੇਖ ਕੇ ਉਹਦੇ ਉਹਨੇ ਆਨਲਾਈਨ ਹੀ ਲੱਭਿਆ ਕਰੇ ਦਮਨ ਕਹਿੰਦਾ ਦੇਖੋ ਦੀਦੀ ਇਹਦਾ ਰੇਟ 20 ਮਿਲੀਅਨ ਹੈ ਅੱਛਾ ਦੇਖ ਦੇਖੋ 16 ਮਿਲੀਅਨ ਹੈ ਅਸੀਂ ਉਹਤੇ ਪੈਦਲ ਤੁਰ ਕੇ ਉੱਤੇ ਦੇਖ ਦੂਖ ਕੇ ਆਏ ਘਰ ਤੇ ਬਾਕੀ ਵੀ ਸੈਨ ਫਰਾਂਸਿਸਕੋ ਦੀ ਬਿਊਟੀ ਤਾਂ ਅਨਮੈਚਡ ਹੈ ਮਤਲਬ ਉਹ ਜਿਹੜੀ ਉਹਦੀ ਉਹ ਸੜਕਾਂ ਨੇ ਨਾ ਜਿਹੜੀ ਸਿਟੀ ਦੇ ਅੰਦਰ ਜਾ ਕੇ ਉਹਦੇ ਡਾਊਨ ਟਾਊਨ ਦੇ ਅੰਦਰ ਜਾ ਕੇ ਉਹ ਪਹਾੜੀਆਂ ਦੇ ਉੱਤੇ ਬਣਿਆ ਹੋਇਆ ਸ਼ਹਿਰ ਹੈ ਉਹ ਉੱਤੋਂ ਪਹਾੜੀਆਂ ਦੀ ਐਂ ਲੱਗਦਾ ਵੀ ਕਾਰ ਨੇ ਹੁਣ ਪੁੱਠੀ ਹੋ ਜਾਣਾ ਅੱਛਾ ਸੈਂਟਰ 'ਚ ਬਿਲਕੁਲ ਥੱਲੇ ਚਲੀ ਜਾਂਦੀ ਹੈ ਤੇ ਥੱਲੋਂ ਕਾਰ ਜਿਵੇਂ ਮਿਡਲ ਚ ਟਾਊਨ ਬਿਲਕੁਲ ਪੂਰੀ ਸਟੀਪ ਤੋਂ ਹਾਂ ਮਤਲਬ ਡਾਊਨ ਹਿਲ ਤੋਂ ਪੂਰਾ ਉੱਤੇ ਤੱਕ ਇਦਾਂ ਕਾਰਾਂ ਔਰ ਨਾਲੇ ਆਰਾਮ ਨਾਲ ਸਕੂਟਰ ਵੀ ਚੱਲੀ ਜਾ ਰਹੇ ਨੇ ਲੋਕ ਸਾਈਕਲ ਸੂਈਕਲ ਸਕੂਟਰ ਸਾਰਾ ਕੁਛ ਚੱਲੀ ਜਾ ਰਿਹਾ ਸਾਨੂੰ ਡਰ ਲੱਗੀ ਜਾਵੇ ਸਾਡੀ ਕਾਰ ਨਾ ਪੁੱਠੀ ਹੋ ਜਾਏ ਕਿਤੇ ਪਰ ਬਹੁਤ ਬਿਊਟੀਫੁਲ ਸੀਗਾ ਅਸੀਂ ਉੱਥੇ ਬੜੀਆਂ ਰਾਈਡਸ ਲਈਆਂ ਉੱਤੇ ਥੱਲੇ ਵਾਰ ਵਾਰ ਆ ਕੇ ਬੀਚਿਸ ਬੜੇ ਸੋਹਣੇ ਨੇ ਉੱਥੇ ਦੇ ਬੀਚ ਬਹੁਤ ਹੀ ਸੋਹਣਾ ਹੈ ਪਰ ਸਾਨੂੰ ਡਰ ਲੱਗਿਆ ਕਿਉਂਕਿ ਸਾਡੇ ਜਿਹੜੇ ਕੈਨੇਡਾ ਦੇ ਬੀਚਿਸ ਨੇ ਨਾ ਉਹ ਹੈਗੇ ਨੇ ਲੇਕ ਦੇ ਬੀਚਿਸ ਹੈ ਨਾ ਲੇਕ ਇੱਕ ਤਾਂ ਪਾਣੀ ਮਿੱਠਾ ਹੁੰਦਾ ਲੇਕਾਂ ਦਾ ਤੇ ਦੂਸਰਾ ਲੇਕ ਦੇ ਵਿੱਚ ਜਿਹੜੀ ਵੇਵਸ ਹੁੰਦੀਆਂ ਨੇ ਨਾ ਬੜੀਆਂ ਛੋਟੀਆਂ ਹੁੰਦੀਆਂ ਨੇ ਕਿਉਂਕਿ ਉਹ ਲੇਕ ਹੈ ਚਾਰੋਂ ਪਾਸਿਓਂ ਬੰਦ ਹੈ ਇਹ ਸਾਡਾ ਬੀਚ ਸੀਗਾ ਪੈਸੇਫਿਕ ਓਸ਼ਨ ਦਾ ਸੈਨ ਫਰਾਂਸਿਸਕੋ ਪੈਸੇਫਿਕ ਓਸ਼ਨ ਨਾਲ ਲੱਗਦਾ ਤੇ ਉਹਦੀਆਂ ਲਹਿਰਾਂ ਐਡੀਆਂ ਵੱਡੀਆਂ ਵੱਡੀਆਂ ਸਾਡੀ ਤਾਂ ਹਿੰਮਤ ਨਹੀਂ ਹੋਈ ਪਾਣੀ 'ਚ ਜਾਣ ਦੀ ਵਿੱਚ ਵੜਨ ਦੀ ਹਿੰਮਤ ਨਹੀਂ ਹੋਈ ਅਤੇ ਅਸੀਂ ਡਰ ਗਏ ਓਸ਼ਨ ਦੀ ਵੇਵਸ ਨੂੰ ਦੇਖ ਕੇ ਡਰ ਗਏ ਪਰ ਸੋਹਣਾ ਬਹੁਤ ਹੈ ਅਤੇ ਸੋਹਣਾ ਬਹੁਤ ਅਗਲੀ ਵਾਰ ਜਾਵਾਂਗੇ ਹਿੰਮਤ ਕਰਕੇ ਅੰਦਰ ਵੀ ਜਾ ਕੇ ਆਵਾਂਗੇ ਐਤਕੀ ਅਸੀਂ ਅੰਦਰ ਨਹੀਂ ਜਾ ਸਕੇ ਬੀਚਿਸ ਦੇ ਅਤੇ ਬ੍ਰਿਜ ਵਗੈਰਾ ਨੇ ਉੱਥੇ ਵੀ ਉੱਥੇ ਇਸ ਟਾਈਮ ਮਾਈਗ੍ਰੇਟ ਕਰਦੀਆਂ ਵੇਲਸ ਆਪਾਂ ਉਹ ਰਹਿ ਗਿਆ ਆਪਣਾ ਨੈਕਸਟ ਟਾਈਮ ਕਹਿੰਦੇ ਇਸ ਮੌਸਮ 'ਚ ਉੱਥੇ ਵੇਲਸ ਮਾਈਗ੍ਰੇਟ ਕਰਦੀਆਂ ਦਿਖਦੀਆਂ ਨੇ ਅੱਛਾ ਸਾਈਡ ਥੋੜਾ ਅੰਦਰ ਜਾਣਾ ਪੈਂਦਾ ਅੱਛਾ 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 ਸੀ ਲਾਈਫ ਵੀ ਬਹੁਤ ਅੱਛੀ ਆ ਕੁਐਟਿਕ ਲਾਈਫ ਹਾਂ ਸੀ ਲਾਈਫ ਅੱਛੀ ਹੈ ਫਿਰ ਅਸੀਂ ਐਲਏ ਜਾ ਕੇ ਆਏ ਅਗਲੇ ਦਿਨ ਆਉਣ ਤੋਂ ਪਹਿਲਾਂ ਜਿੱਦੇ ਅਸੀਂ ਆਉਣਾ ਸੀਗਾ ਅਤੇ ਹੋਲੀਵੁੱਡ ਵਗੈਰਾ ਦਾ ਜਿੱਥੇ ਉਹ ਸਾਈਨ ਸੂਈਨ ਲੱਗਿਆ ਹੋਇਆ ਹੈ ਉਹ ਤਾਂ ਨੋਰਮਲ ਜਿਵੇਂ ਸਪੋਟਸ ਹੁੰਦੇ ਇੱਥੇ ਲੋਕ ਫੋਟੋਆਂ ਖਿੱਚਦੇ ਨੇ ਉੱਥੇ ਦੇ ਉੱਥੇ ਭੀੜ ਭੜੱਕਾ ਜਿਹਾ ਸੀਗਾ ਮਾੜਾ ਮੋਟਾ ਪਰ ਐਸ ਕੰਪੇਅਰ ਟੂ ਇੰਡੀਆ ਜੇ ਆਪਾਂ ਵੱਡੇ ਸਪੋਟਸ 'ਤੇ ਜਾਈਏ ਤਾਜ ਮਹਿਲ ਦੇਖਣ ਚਲੇ ਜਾਓ ਜਾਂ ਤੁਸੀਂ ਕੋਈ ਹੋਰ ਜਗ੍ਹਾ ਚਲੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਇੱਥੇ ਤਾਂ ਬਹੁਤ ਚਿੰਗ ਪਿੰਗ ਜੀ ਹੁੰਦੀ ਹੈ ਮਤਲਬ ਬਹੁਤ ਭੀੜ ਭੜੱਕਾ ਹੁੰਦਾ ਐਸ ਕੰਪੇਅਰ ਟੂ ਦੈਟ ਈਵਨ ਸਾਨੂੰ ਵੱਡੀਆਂ ਸਾਈਟਸ 'ਤੇ ਉੱਤੇ ਜਿਵੇਂ ਬੇਵਰਲੇ ਹਿਲਸ ਗਏ ਅਸੀਂ ਹੋਲੀਵੁੱਡ ਗਏ ਅਸੀਂ ਸਾਨੂੰ ਬਹੁਤ ਭੀੜ ਨਹੀਂ ਦਿਖਾਈ ਦਿੱਤੀ ਪਤਾ ਨਹੀਂ ਮੈਨੇਜਡ ਹੈ ਚੰਗੇ ਤਰੀਕੇ ਨਾਲ ਮੈਨੇਜਡ ਹੈ ਜਾਂ ਤਾਂ ਜਾਂ ਫਿਰ ਲੋਕ ਉੱਥੇ ਪਾਪੂਲੇਸ਼ਨ ਘੱਟ ਹੋਣ ਕਰਕੇ ਬਹੁਤ ਜ਼ਿਆਦਾ ਲੋਕ ਨਹੀਂ ਆਉਂਦੇ ਹੈਗੇ ਅਤੇ ਪਲੈਜ਼ੈਂਟ ਲੱਗਿਆ ਸਾਨੂੰ ਵੀ ਤੁਸੀਂ ਆਰਾਮ ਨਾਲ ਪਾਰਕਿੰਗਾਂ ਸਾਨੂੰ ਬਹੁਤ ਆਰਾਮ ਨਾਲ ਮਿਲ ਗਈਆਂ ਮੈਨੂੰ ਲੱਗਿਆ ਸੀ ਬਹੁਤ ਵੱਡਾ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਪ੍ਰੋਬਲਮ ਹੋਏਗੀ ਕੈਨੇਡਾ ਦੇ ਵਿੱਚ ਟੋਰੋਂਟੋ 'ਚ ਜਿਵੇਂ ਵੱਡੇ ਸ਼ਹਿਰ 'ਚ ਪਾਰਕਿੰਗ ਦੀ ਪ੍ਰੋਬਲਮ ਤੁਹਾਨੂੰ ਈਜ਼ੀਲੀ ਪਾਰਕਿੰਗ ਨਹੀਂ ਮਿਲ ਸਕਦੀ ਉੱਥੇ ਪਰ ਇਹ ਵੱਡੇ ਸ਼ਹਿਰਾਂ ਦੇ ਵਿੱਚ ਪਾਰਕਿੰਗਸ ਅਵੇਲੇਬਲ ਸੀਗੀਆਂ ਮਤਲਬ ਕਿ ਉੱਥੇ ਦਾ ਸਿਸਟਮ ਜੋ ਹੈ ਵੈਲ ਔਰਗਨਾਈਜ਼ਡ ਹੈ ਇਟਸ ਵੈਰੀ ਵੈਲ ਔਰਗਨਾਈਜ਼ ਇਨਫ ਪਾਰਕਿੰਗਸ ਦਿੱਤੀਆਂ ਹੋਈਆਂ ਨੇ ਇਨਫ ਓਪਨ ਸਪੇਸ ਹੈ ਅਤੇ ਅੱਛੇ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਗਵਰਨਮੈਂਟ ਨੇ ਸਾਰੀਆਂ ਚੀਜ਼ਾਂ ਨਾਈਸ ਸਿਟੀ ਦੇਖਣੇ ਚਾਹੀਦੇ ਨੇ ਦੂਸਰਾ ਡਿਫਰੈਂਸ ਇਹ ਵੀ ਹੈ ਕਿ ਉੱਥੇ ਨਾ ਪਾਪੂਲੇਸ਼ਨ ਸਕੈਟਰਡ ਆਏ ਨਹੀਂ ਹੈ ਇੱਕ ਜਗ੍ਹਾ ਤੇ ਬਿਲਕੁਲ ਭੀੜ ਕਰਕੇ ਨਹੀਂ ਬੈਠੇ ਹੋਏ ਲੋਕ ਸਾਰੇ ਪਾਸੇ ਛੋਟੇ ਛੋਟੇ ਟਾਊਨਸ ਨੇ ਆਸ-ਪਾਸ ਬਹੁਤ ਤੇ ਆਪਣੇ ਇੱਥੇ ਕੈਨੇਡਾ ਦੇ ਵਿੱਚ ਸਾਰੇ ਜਿਵੇਂ ਇੱਕ ਜਗ੍ਹਾ ਤੇ ਹੀ ਆ ਸਾਰਾ ਕੁਝ ਨਾ ਤਾਂ ਕਰਕੇ ਬਹੁਤ ਰਸ਼ ਹੋ ਰਿਹਾ ਤੇ ਉੱਤੋਂ ਰੋਡਸ ਵੀ ਛੋਟੀਆਂ ਬਣਾ ਰਹੇ ਨੇ ਮੈਨੂੰ ਸਮਝ ਨਹੀਂ ਆਉਂਦਾ ਇੰਨੀ ਜਗ੍ਹਾ ਪਈ ਕੈਨੇਡਾ ਕੋਲ ਰੋਡਸ ਕਿਉਂ ਟਾਈਟ ਬਣਾ ਰਹੇ ਨੇ ਉੱਥੇ ਰੋਡਸ ਦੇਖੋ ਕਿੰਨੀਆਂ ਖੁੱਲੀਆਂ ਰੋਡਸ ਨੇ ਇਹ ਵੀ ਡਿਫਰੈਂਸ ਲੱਗਿਆ ਇਲੈਕਟ੍ਰਿਕ ਵਹੀਕਲ ਸਾਨੂੰ ਬੜੇ ਨਜ਼ਰ ਆਏ ਕਾਫੀ ਕਨਵਰਟ ਹੋ ਰਿਹਾ ਉੱਥੇ ਦਾ ਜਿਹੜੇ ਲੋਕ ਨੇ ਉਹ ਇਲੈਕਟ੍ਰਿਕ ਵਹੀਕਲਸ ਕਾਫੀ ਬਾਏ ਕਰਨ ਲੱਗੇ ਹੁਣ ਕਾਫੀ ਕਾਮਨ ਸੀਗੀਆਂ ਅਸੀਂ ਤਾਂ ਕਈ ਕਾਰਸ ਦੇਖੀਆਂ ਕਿ ਕੋਈ ਵੀ ਨਹੀਂ ਵਿੱਚ ਬੈਠਾ ਇਕੱਲੀ ਹੋਈ ਜਾ ਰਹੀ ਹੈ ਹਾਂ ਅੱਛਾ ਉਹ ਜਿਹੜੀਆਂ ਸੈਲਫ ਡਰਾਈਵਨ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਸੈਲਫ ਡਰਾਈਵਨ ਹਾਂ ਸੈਲਫ ਡਰਾਈਵਨ ਕਾਰਸ ਨਹੀਂ ਅੱਛਾ ਉਹ ਪਿੱਛੇ ਹੀ ਬੈਠਾ ਬਸ ਇਕੱਲਾ ਅਸੀਂ ਉਹਦੀ ਵੀਡੀਓ ਨਹੀਂ ਬਣਾ ਸਕੇ ਅਸੀਂ ਪਰ ਸਾਨੂੰ ਦਿਖੀਆਂ ਉੱਥੇ ਦੋ ਤਿੰਨ ਜੋ ਕਿ ਉਸ ਤਰੀਕੇ ਨਾਲ ਚੱਲ ਰਹੀਆਂ ਸੀਗੀਆਂ ਮੇਨ ਡਾਊਨ ਟਾਊਨ ਦੇ ਵਿੱਚ ਚੱਲ ਰਹੀਆਂ ਮੇਨ ਡਾਊਨ ਟਾਊਨ ਦੇ ਵਿੱਚ ਇੱਥੇ ਪ੍ਰੋਪਰ ਰਸ਼ ਹੁੰਦਾ ਪੂਰੀ ਭੱਜੀ ਜਾ ਰਹੀ ਹੈ ਅੱਗੇ ਕੋਈ ਹੈ ਹੀ ਨਹੀਂ ਅੱਛਾ ਨਹੀਂ ਇਹ ਜਿਹੜੀ ਚੀਜ਼ ਆ ਜਿਵੇਂ ਪ੍ਰੈਕਟੀਕਲ ਹੋ ਗਈ ਆ ਤਾਂ ਇਹ ਤਾਂ ਚੱਲ ਪਿਆ ਮਤਲਬ ਉਹੀ ਆ ਨਾ ਇੰਪਲੀਮੈਂਟੇਸ਼ਨ ਦੀ ਆ ਉੱਥੇ ਥੋੜਾ ਡੰਡਾ ਚੱਲਦਾ ਹੋਊਗਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਿਟੀ ਸਕੈਟਰਡ ਨੇ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਉੱਥੇ ਡੰਡਾ ਚੱਲਦਾ ਬਿਕੋਜ਼ ਹਮੇਸ਼ਾ ਜਿਹੜੀ ਰੀਅਲ ਸਟੇਟ ਲੌਬੀ ਹੁੰਦੀ ਆ ਉਹ ਹਮੇਸ਼ਾ ਪੱਕਿਆ ਪਕਾਇਆ ਫਲ ਖਾਣਾ ਚਾਹੁੰਦੀ ਹੁੰਦੀ ਆ ਜਿਵੇਂ ਚੰਡੀਗੜ੍ਹ ਹਿੱਟ ਹੋਇਆ ਤਾਂ ਨਾਲ ਮੋਹਾਲੀ ਕੱਟਤਾ ਨਾਲ ਹੀ ਪੰਚਕੂਲਾ ਕੱਟਤਾ ਇਹ ਪੱਕ ਗਿਆ ਤੇ ਨਾਲ ਹੀ ਖਰੜ ਬਣਾ ਲਿਆ ਨਾਲ ਹੀ ਜੀਰਕਪੁਰ ਬਣਾ ਲਿਆ ਇਹਨਾਂ ਨੂੰ ਕਹੀ ਗਏ ਨੇ ਪ੍ਰੈਸ਼ਰ ਬੜਾ ਪਾਇਆ ਸੂਝਵਾਨਾਂ ਨੇ ਕਿ ਐਂ ਨਹੀਂ ਚੱਲਣਾ ਚਾਹੀਦਾ ਤੁਹਾਨੂੰ 50 ਕਿਲੋਮੀਟਰ 100 ਕਿਲੋਮੀਟਰ ਛੱਡ ਕੇ ਸ਼ਹਿਰ ਵਸਾਓ ਤਾਂ ਕਿ ਲੋਕ ਉੱਥੇ ਦੀ ਦੁਕਾਨਾਂ ਚੱਲਣ ਨਹੀਂ ਕੀ ਕਰਦੇ ਨੇ ਸਾਰਾ ਮੋਹਾਲੀ ਉੱਠ ਕੇ 17 ਸੈਕਟਰ ਪਹੁੰਚ ਜਾਂਦਾ ਸੀ ਮੋਹਾਲੀ ਦੀ ਦੁਕਾਨਾਂ ਨਹੀਂ ਚੱਲਦੀਆਂ ਸੀਗੀਆਂ
ਤੇ ਉਹ ਫਿਰ ਹੱਬ ਬਣ ਜਾਂਦਾ, ਫਿਰ ਉਹਨੂੰ ਤੁਸੀਂ ਆਹੀ ਆਪਣਾ ਜਿਹੜਾ ਆਪਾਂ ਕਹਿ ਦਿੰਦੇ ਆ ਡਾਊਨ ਟਾਊਨ ਬਣ ਗਿਆ ਪੂਰੇ ਜ਼ੋਨ ਦਾ। ਤਾਂ ਇਹ ਪ੍ਰੋਬਲਮ ਆ ਰਹੀ ਆ, ਜਿਵੇਂ ਤੁਹਾਡੇ ਆ ਰਹੀ ਆ ਟੋਰਾਂਟੋ ਦੇ ਵਿੱਚ ਬ੍ਰਮਟਨ ਜੋੜਤਾ ਜੀ ਵਿੱਚ ਆ ਨਾਲ ਜੋ ਸੂਬੇ ਜੋੜਤੇ ਵਿੱਚ ਹੀ ਤੁੰਨੀ ਜਾਂਦੇ ਨੇ, ਕਿਉਂਕਿ ਜਿਹੜੀ ਲੋਬੀ ਹੁੰਦੀ ਆ ਉਹ ਟਰਾਈ ਕਰਦੇ ਕਿ ਇੱਥੇ ਇੱਥੇ ਦੀ ਰੀਅਲ ਸਟੇਟ ਛੇਤੀ ਉੱਠੂਗੀ ਨੇੜੇ ਵਾਲੀ, ਪਰ ਉਹ ਟ੍ਰੈਫਿਕ ਵਗੈਰਾ ਨੂੰ ਤੰਗ ਕਰਦੀ ਆ, ਕੁਆਲਿਟੀ ਆਫ ਲਿਵਿੰਗ ਗਿਰ ਜਾਂਦੀ ਆ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਇੱਕ ਸਿਟੀ ਤੋਂ ਦੂਜੇ ਸਿਟੀ 'ਚ ਡਿਸਟੈਂਸ ਰੱਖਿਆ, ਇਹ ਮਤਲਬ ਬਹੁਤ ਵੱਡੇ ਲੈਵਲ ਦੀ ਪਾਲਿਸੀ ਆ। ਇੱਥੇ ਤੁਸੀਂ ਰੀਅਲ ਸਟੇਟ ਮਾਰਕੀਟ ਨੂੰ ਡੰਡੇ ਨਾਲ ਚਲਾਉਂਦੇ ਹੋ, ਵਿਚਾਲੇ ਖੇਤ ਰੱਖਦੇ ਹੋ, ਵਿਚਾਲੇ ਵਿਲੇਜ ਲਾਈਫ ਰੱਖਦੇ ਹੋ। ਲੋਕਾਂ ਨੂੰ ਕਿਹਾ ਜਾਂਦਾ ਕਿ ਹਾਂ ਇਹ ਸਾਨੂੰ ਪਤਾ ਕਿ ਇੱਥੇ ਬਿਜ਼ਨਸ ਬਹੁਤ ਛੇਤੀ ਆਜੂਗਾ, ਪਰ ਇਹ ਲੌਂਗ ਟਰਮ ਸਾਨੂੰ ਪ੍ਰੋਬਲਮ ਕਰੂਗਾ। ਤਾਂ ਇਹ ਬੜਾ ਜ਼ਰੂਰੀ ਚੀਜ਼ ਹੈ। ਦੂਜੀ ਮੈਨੂੰ ਇਹ ਲੱਗੀ ਕਿ ਦੇਖੋ ਲਾਈਟ ਅਤੇ ਸਨੋਅ 'ਚ ਬੰਦਾ ਨਹੀਂ ਰਹਿਣ ਵਾਲਾ, ਮਤਲਬ ਤੁਸੀਂ ਇਹ ਸਾਰੇ ਗੋਰੇ ਨੇ, ਇਹ ਸਾਰੇ ਲੋਕ ਬ੍ਰਿਟਿਸ਼ਰਸ ਨੇ, ਕਿਤੋਂ ਵੀ ਨੇ, ਇਹ ਸਭ ਲੋਕ ਲੈ ਦੇ ਕੇ ਆਏ ਉੱਥੇ ਜਿੱਥੇ ਸਨੋਫਾਲ ਘੱਟ ਸੀਗੀ ਜਾਂ ਨਹੀਂ ਸੀਗੀ, ਹੈ ਨਾ, ਆਲ ਈਅਰ ਸਾਰਾ ਸਾਲ ਚਾਨਣ ਰਹਿੰਦਾ, ਅਤੇ ਮੇ ਬੀ ਹੀਟ ਨੂੰ ਗਰਮੀ ਹੁੰਦੀ ਆ, ਪਰ ਹੀਟ ਨੂੰ ਫਿਰ ਵੀ ਲੋਕ ਕਵਰ ਅਪ ਕਰ ਲੈਂਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਪੇੜ ਲਗਾ ਲਏ ਜਾਂ ਨਾ ਆਰਟੀਫਿਸ਼ਲ ਵੇ ਨਾਲ। ਸਨੋਅ ਨੂੰ ਟੈਕਲ ਕਰਨਾ ਬਹੁਤ ਔਖਾ, ਤਾਂ ਮੈਨੂੰ ਲੱਗ ਰਿਹਾ ਕਿ ਇਹ ਵੀ ਇੱਕ ਬੜੀ ਵੱਡੀ ਸਿੱਖ ਆ ਕਿ ਆਪਾਂ ਨੂੰ ਲੈ ਦੇ ਕੇ ਉਹੀ ਜਗ੍ਹਾ ਜ਼ਿਆਦਾ ਪਸੰਦ ਆਉਣਗੀਆਂ ਜਿੱਥੇ ਸਨੋਫਾਲ ਨਹੀਂ ਹੋਣਗੀਆਂ ਅੱਗੇ ਜਾ ਕੇ ਇਨ ਫਿਊਚਰ। ਇੱਕ ਹੋਰ ਮੈਂ ਚੀਜ਼ ਮੈਂਸ਼ਨ ਕਰਨਾ ਚਾਹੂੰਗੀ ਬਬਲੀ, ਆਪਾਂ ਉਹ ਦੇਖੀਆਂ ਆਇਲ ਕੱਢਦੀਆਂ ਹੋਈਆਂ, ਹਾਂ ਇਹ ਜਿਹੜਾ ਜਿੱਥੇ ਜਿਸ ਸਿਟੀ ਚ ਅਸੀਂ ਗਏ ਸੀ, ਨਾਮ ਕੀ ਸੀ ਇਹਨਾਂ ਦੇ ਸਿਟੀ ਦਾ, ਬੇਕਰਸਫੀਲਡ ਦੇ ਵਿੱਚ ਬਹੁਤ ਜ਼ਿਆਦਾ ਸੀਗੀਆਂ, ਹਾਂ ਉੱਥੇ ਆਇਲ ਕਰੂਡ ਆਇਲ ਦੀ ਬਹੁਤ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ, ਪੂਰਾ ਇੱਕ ਏਰੀਆ ਫੀਲਡ ਜਿਹਨੂੰ ਤੁਸੀਂ ਕਹਿ ਲਓ ਆਲਮੋਸਟ 10 ਕਿਲੋਮੀਟਰ ਦੇ ਆਸ ਪਾਸ ਦਾ ਰੇਡੀਅਸ ਹੋਏਗਾ, ਜਿਹਦੇ 'ਚ ਕਿ ਬਹੁਤ ਸਾਰਾ ਆਇਲ ਦੀ ਮਸ਼ੀਨਾਂ ਹੀ ਲੱਗੀਆਂ ਹੋਈਆਂ ਸੀਗੀਆਂ, ਅਤੇ ਕਾਫੀ ਆਇਲ ਐਕਸਟ੍ਰੈਕਸ਼ਨ ਹੁੰਦੀ ਹੈ ਕੈਲੀਫੋਰਨੀਆ 'ਚ। ਇੱਕ ਹੋਰ ਐਪੀਸੋਡ ਸਾਡੇ ਨਾਲ ਜਾਣ ਲੱਗੇ ਹੋਏ ਆ, ਸਾਡੀ ਫਲਾਈਟ ਮਿਸ ਹੋ ਗਈ ਸੀ, ਉਹ ਸਾਡੀ ਸ਼ੁਰੂਆਤ ਬਹੁਤ ਚੰਗੀ ਨਹੀਂ ਹੋਈ, ਇਹ ਸ਼ੰਮੀ ਭੈਣ ਜੀ ਨੇ ਚਾਹ ਪੀਣੀ ਸੀਗੀ, ਇਹਨਾਂ ਦੇ ਚਾਹ ਦੇ ਚੱਕਰਾਂ 'ਚ ਇਹਨਾਂ ਨੂੰ ਦੋਸ਼ ਦਿੱਤਾ ਗਿਆ ਪੂਰਾ, ਕਿ ਮੈਂ ਇਹਨਾਂ ਦੀ ਵੇਟ ਕਰਦੀ ਰਹੀ ਕਿ ਆ ਕੇ ਪਿੱਕ ਕਰਕੇ ਅਸੀਂ ਟਾਈਮ 'ਤੇ ਚੱਲਾਂਗੇ, ਅਤੇ ਇਹਨਾਂ ਨੇ ਚੱਲਣ ਲੱਗੇ, ਇਹਨਾਂ ਨੂੰ ਚਾਹ ਦੀ ਚਾਹਤ ਹੋ ਗਈ, ਅੱਧਾ ਪੌਣਾ ਘੰਟਾ ਇਹਨਾਂ ਨੇ ਚਾਹ ਪੀਣ 'ਚ ਤਾਂ ਲਾਤਾ, ਅਤੇ ਉਹਦੇ ਨਾਲ ਸਾਡਾ ਘੰਟੇ ਦਾ ਫਰਕ ਪੈ ਗਿਆ, ਬਸ ਉਨੇ ਹੀ ਟਾਈਮ ਦੇ ਨਾਲ ਸਾਡੀ 15-20 ਮਿੰਟ ਦੇ ਡਿਸ ਉਹਦੇ ਤੋਂ ਫਰਕ ਤੋਂ ਸਾਡੀ ਫਲਾਈਟ ਮਿਸ ਹੋ ਗਈ ਜਾਣ ਲੱਗੀ। ਚਲੋ ਅਤੇ ਖੜੇ ਪੈਰ ਅਸੀਂ ਹੋਰ ਟਿਕਟਾਂ ਲੈ ਕੇ ਗਏ, ਅਤੇ ਪਰ ਉਹ ਐਪੀਸੋਡ ਤੋਂ ਬਾਅਦ ਕੋਈ ਹੋਰ ਐਪੀਸੋਡ ਨਹੀਂ ਹੋਇਆ, ਅਤੇ ਸਾਡਾ ਠੀਕ ਰਿਹਾ ਪੂਰਾ ਸਫ਼ਰ, ਬਾਕੀ ਦਾ ਵਧੀਆ ਰਿਹਾ ਸਾਡੀ ਵਕੇਸ਼ਨ। ਚਲੋ ਚਲੋ ਵਧੀਆ ਵਧੀਆ, ਠੀਕ ਹੈ ਜੀ। ਅਤੇ ਹੁਣ ਸਾਡਾ ਭਾਈ ਆਲਮੋਸਟ ਸਮਰ ਖਤਮ ਹੋਣ ਲੱਗਿਆ ਇੱਥੇ, ਕਿਉਂਕਿ ਬੱਚਿਆਂ ਦੇ ਸਕੂਲ ਖੁੱਲ੍ਹਣ ਵਾਲੇ ਹਨ ਨੈਕਸਟ ਵੀਕ, ਅਤੇ ਫਿਰ ਹੁਣ ਆਪਾਂ ਰੈਗੂਲਰ ਆਪਣੀ ਗੱਲਬਾਤ ਜਿਹੜੀ ਹੈਗੀ ਆ ਉਹ ਜਾਰੀ ਰੱਖਾਂਗੇ, ਅਤੇ ਫਿਰ ਅਸੀਂ ਕਦੇ, ਸਾਨੂੰ ਇਨਵੀਟੇਸ਼ਨ ਤਾਂ ਬਹੁਤ ਆਏ ਹੋਏ ਨੇ ਰਿਸ਼ਤੇਦਾਰਾਂ ਤੋਂ ਇੱਧਰ ਉੱਧਰ, ਇੰਗਲੈਂਡ ਦਾ ਆਇਆ ਹੋਇਆ, ਸਾਨੂੰ ਲੰਡਨ ਘੁੰਮਣ ਦਾ ਆਇਆ ਹੋਇਆ ਹੈ ਨਾ ਇਨਵੀਟੇਸ਼ਨ, ਅਤੇ ਉਹ ਵੀ ਅਸੀਂ ਦੇਖਾਂਗੇ, ਹੋ ਸਕਦਾ ਡਿਸੰਬਰ ਦੀ ਛੁੱਟੀਆਂ 'ਚ ਜਾਂ ਫਿਰ ਅਸੀਂ ਦੁਬਾਰਾ ਕੈਲੀਫੋਰਨੀਆ ਚੱਕਰ ਮਾਰ ਲਈਏ, ਕਿਤੇ ਹੋਰ ਦਾ ਮਾਰ ਲਈਏ, ਟੈਕਸਸ ਦਾ ਮਾਰੀਏ ਸ਼ਾਇਦ, ਇਹ ਵੀ ਹੋ ਸਕਦਾ, ਅਤੇ ਉਹ ਅਸੀਂ ਆਪਣੇ ਫਿਰ ਦਰਸ਼ਕਾਂ ਨਾਲ ਅਤੇ ਤੇਰੇ ਨਾਲ ਅਸੀਂ ਸ਼ੇਅਰ ਕਰਦੇ ਰਹਾਂਗੇ, ਠੀਕ ਹੈ, ਠੀਕ ਹੈ ਜੀ, ਚਲੋ ਜੀ, ਓਕੇ ਜੀ।